ਸਵਾਗਤ ਹੈ ਅੱਜ ਸਵੇਰੇ ਕੈਨੇਡਾ ਤੋਂ ਮੰਦਭਾਗੀ ਖਬਰ ਆਈ ਜਿਸ ਕਾਰਨ ਕਿ ਪਿੰਡ ਰੋੜਿਕਪੁਰਾ ਦੇ ਵਿੱਚ ਮਾਤਮ ਛਾ ਗਿਆ ਸੋ ਸੜਕ ਦੁਰਘਟਨਾ ਦੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਸਮੇਤ ਇੱਕ ਰਿਸ਼ਤੇਦਾਰ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਇਸ ਦੁਖਦਾਈ ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਸੋ ਕੈਨੇਡਾ ਦੇ ਵਿੱਚ ਸੜਕ ਹਾਦਸੇ 'ਚ ਪੰਜਾਬ ਦੇ ਚਾਰ ਲੋਕਾਂ ਦੀ ਮੌਤ ਹੋਈ ਹੈ ਸੋ ਇਸ ਦਰਦਨਾਕ ਮੌਤ ਦੇ ਕਰਕੇ ਇੱਕ ਜਿਹੜੇ ਕਿ ਪਿੰਡ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਕਾਰ ਚਾਲਕ ਸਮੇਤ ਪਤਨੀ ਬੇਟੀ ਅਤੇ ਸਾਲੀ ਦੀ ਮੌਤ ਹੋਈ ਹੈ ਫਰੀਦਕੋਟ ਦਾ ਪਿੰਡ ਰੋੜਿਕਪੁਰਾ ਦਾ ਰਹਿਣ ਵਾਲਾ ਸੀ ਇਹ ਪੂਰਾ ਪਰਿਵਾਰ ਸੋ ਉਹਨਾਂ ਦੀ ਇਸ ਮੌਤ ਦੀ ਖਬਰ ਸੁਣ ਕੇ ਪੂਰਾ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਸੋ ਪਰਿਵਾਰ ਦੇ ਤਿੰਨ ਜੀਆਂ ਸਮੇਤ ਇੱਕ ਰਿਸ਼ਤੇਦਾਰ ਦੀ मौत हुई है। कैनेडा दे विच सड़क हादसा वापरिया सो इस सड़क हादसे दे विच परिवार दे तीन जी समेत एक रिश्तेदार दी जान चली गई है। सो पूरे पिंड दे विच सोग दी लहर है, पूरे पिंड दे विच सोग मनाया जा रहा है कि जो कार चालक सी अपनी पत्नी साली अते बेटी दे नाल सवार सी जिथे कि कार दा एक्सीडेंट होया। कैनेडा दे विच इह वड्डा सड़क हादसा होया जिस दे विच इन्हां चारां दी मौत हो गई।